इस वेले की वड्डी खबर अमृतपाल सिंह दे नाल जुड़ी हुई सामने आ रही है कि अमृतपाल सिंह की नवी लुक वाली तस्वीर जी सामने आ चुकी है। मोटरसाइकिल ते बैठा जाता है अमृतपाल सिंह, तुसी तस्वीरां दे विच देख सकते हो। पहली तस्वीर दे विच प्लैटिना मोटरसाइकिल ते सवार होके पिछे बैठा दिखाई दे रहा अमृतपाल सिंह। गुलाबी पग जी दे बन्नी हुई है, ऐनकां लगियां होईयां ते पेंट शर्ट जी पाई हुई है। तो प्लैटिना मोटरसाइकिल दे पिछे बैठा होया जांदा दिखाई दे रहा। तो पहली तस्वीर दे विच मोटरसाइकिल ते जांदा दिखाई दे रहा, तो दूजी तस्वीर जी तुसी देख रहे हो वीडियो, तो उहदे विच पहला ब्रीजा गड्डी दे विच सवार हो के अमृतपाल सिंह आउंदा है, तो फिर खब्बे पासों ताकी दे राही बाहर जिहड़ा निकल के आउंदा गुलाबी पग वाला यह व्यक्ति अमृतपाल सिंह है। ਅਤੇ ਕੁਝ ਦੇਰ ਮੋਟਰਸਾਈਕਲ ਵਾਲੇ ਲੋਕ ਜਿਹੜੇ ਨੌਜਵਾਨ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਹੈ ਅਤੇ ਫਿਰ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਹੜਾ ਉਹ ਚਲਾ ਜਾਂਦਾ ਹੈ। ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਪਹਿਲੀ ਤਸਵੀਰ ਦੇ ਵਿੱਚ ਜਿਹੜਾ ਪਲੈਟਨਾ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਅਮਰਤਪਾਲ ਸਿੰਘ ਜਿਹੜਾ ਉਹ ਜਾਂਦਾ ਦਿਖਾਈ ਦੇ ਰਿਹਾ। ਨਵੀਂ ਲੁੱਕ ਦੀਆਂ ਤਸਵੀਰਾਂ ਨੇ, ਕੁਝ ਦੇਰ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਸੀ ਪੁਲਿਸ ਦੇ ਵੱਲੋਂ, ਜਿਹਦੇ ਵਿੱਚ ਦੱਸਿਆ ਗਿਆ ਸੀ ਅਮਰਤਪਾਲ ਸਿੰਘ ਕੱਪੜੇ ਬਦਲ ਕੇ ਪੈਂਟ ਸ਼ਰਟ ਪਾ ਕੇ ਜਿਹੜਾ ਉਹ ਦੌੜਿਆ, ਭੇਸ ਬਦਲ ਕੇ ਜਿਹੜਾ ਉਹ ਦੌੜਿਆ, ਤਾਂ ਹੂ ਬਹੂ ਉਸੇ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਪੈਂਟ ਸ਼ਰਟ ਪਾਈ ਹੋਈ, ਐਨਕਾਂ ਲੱਗੀਆਂ ਹੋਈਆਂ ਨੇ ਔਰ ਗੁਲਾਬੀ ਪੱਗ ਜਿਹੜੀ ਆ ਉਹ ਬੰਨ੍ਹੀ ਹੋਈ ਹੈ, ਤਾਂ ਮੋਟਰਸਾਈਕਲ 'ਤੇ ਜਾਂਦਾ ਦਿਖਾਈ ਦੇ ਰਿਹਾ। ਇਤਫਾਕ ਦੀ ਗੱਲ ਹੈ ਕਿ ਅਮਰਤਪਾਲ ਸਿੰਘ ਜਿਸ ਵਾਰਸ ਪੰਜਾਬ ਜਥੇਬੰਦੀ ਦਾ ਮੁਖੀ ਹੈਗਾ, ਉਸ ਜਥੇਬੰਦੀ ਦਾ ਜਿਹੜਾ ਪਹਿਲਾ ਮੁਖੀ ਦੀਪ ਸਿੱਧੂ ਸੀ, ਜਦੋਂ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਵਾਲੀ ਗੱਲ ਹੋਈ ਸੀ, ਤਾਂ ਉਦੋਂ ਦੀਪ ਸਿੱਧੂ ਵੀ ਇੱਕ ਪਲੈਟਿਨਾ ਮੋਟਰਸਾਈਕਲ ਦੇ ਉੱਪਰ ਹੀ ਜਿਹੜੇ ਉਹ ਦੌੜੇ ਸੀ। ਤਾਂ ਹੁਣ ਇਤਫਾਕ ਹੈ ਕਿ ਵਾਰਸ ਪੰਜਾਬ ਜਥੇਬੰਦੀ ਦਾ ਦੂਜਾ ਮੁਖੀ ਅਮਰਤਪਾਲ ਸਿੰਘ ਵੀ ਇਸ ਵਕਤ ਤਸਵੀਰਾਂ ਦੇ ਵਿੱਚ ਪਲੈਟਿਨਾ ਮੋਟਰਸਾਈਕਲ 'ਤੇ ਬੈਠਾ ਜਾਂਦਾ ਹੀ ਜਿਹੜਾ ਉਹ ਦਿਖਾਈ ਦੇ ਰਿਹਾ। ਦੱਸਦੇ ਕਿ ਪਿੱਛੇ ਬੈਠਾ ਵਿਅਕਤੀ ਇਹ ਅਮਰਤਪਾਲ ਸਿੰਘ ਹੈ, ਗੁਲਾਬੀ ਪੱਗ ਬੰਨ੍ਹੀ ਹੋਈ ਹੈ, ਪੈਂਟ ਸ਼ਰਟ ਪਾਈ ਹੋਈ ਹੈ, ਐਨਕਾਂ ਲੱਗੀਆਂ ਹੋਈਆਂ ਨੇ। ਤਾਂ ਦੂਜੇ ਪਾਸੇ ਤਸਵੀਰਾਂ ਨੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਪਹਿਲਾਂ ਬ੍ਰੀਜਾ ਗੱਡੀ ਦੇ ਵਿੱਚ ਆਉਂਦਾ ਹੈ। ਇਸ ਤੋਂ ਪਹਿਲਾਂ ਦੀਆਂ ਜਿਹੜਾ ਉਹ ਤਸਵੀਰਾਂ ਸੀਗੀਆਂ ਉਹ ਟੋਲ ਪਲਾਜ਼ੇ ਦੀਆਂ ਤਸਵੀਰਾਂ ਸੀ। ਪੁਲਿਸ ਦੇ ਮੁਤਾਬਕ ਜਦੋਂ ਅਮਰਤਪਾਲ ਸਿੰਘ ਉੱਥੋਂ ਦੌੜਿਆ ਤਾਂ ਬ੍ਰੀਜਾ ਗੱਡੀ ਦੇ ਵਿੱਚ ਦੌੜਿਆ ਸੀ, ਫਿਰ ਇਹ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ ਜਿੱਥੋਂ ਦੀਆਂ ਤਸਵੀਰਾਂ ਨੇ। ਬ੍ਰੀਜਾ ਗੱਡੀ ਦੇ ਵਿੱਚ ਸਵਾਰ ਹੋ ਕੇ ਅਮਰਤਪਾਲ ਸਿੰਘ ਜਿਹੜਾ ਉਹ ਨੰਗਲ ਅੰਬੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦਾ ਹੈ, ਉੱਥੇ ਫਿਰ ਜਿਹੜਾ ਉਹ ਜਿਹੜਾ ਚੇਂਜ ਕਰ ਲੈਂਦਾ ਕੱਪੜੇ, ਤਾਂ ਜਿਹੜੀ ਭੇਸ ਚੇਂਜ ਕਰ ਲੈਂਦਾ, ਭੇਸ ਬਦਲ ਲੈਂਦਾ, ਤਾਂ ਪੈਂਟ ਸ਼ਰਟ ਪਾ ਲੈਂਦਾ। ਅਤੇ ਪੈਂਟ ਸ਼ਰਟ ਪਾਉਣ ਤੋਂ ਬਾਅਦ ਅਮਰਤਪਾਲ ਸਿੰਘ ਜਿਹੜਾ ਉਹ ਮੋਟਰਸਾਈਕਲ 'ਤੇ ਫਰਾਰ ਹੋ ਕੇ ਕਹਿੰਦੇ ਨਿਕਲ ਜਾਂਦਾ ਹੈ। ਤਾਂ ਤਸਵੀਰਾਂ ਤੁਸੀਂ ਉਸੇ ਤਰੀਕੇ ਦੀਆਂ ਹੀ ਦੇਖ ਸਕਦੇ ਹੋ ਜਿਸ ਤਰੀਕੇ ਦੀਆਂ ਪੁਲਿਸ ਜਿਹੜੀ ਹੈ ਉਹ ਦੱਸ ਰਹੀ ਸੀ। ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਾਕਈ ਪੈਂਟ ਸ਼ਰਟ ਪਾਈ ਹੋਈ ਹੈ, ਮੋਟਰਸਾਈਕਲ 'ਤੇ ਸਵਾਰ ਹੋ ਕੇ ਅਮਰਤਪਾਲ ਸਿੰਘ ਜਿਹੜਾ ਉਹ ਭੱਜਿਆ ਜਾਂਦਾ ਦਿਖਾਈ ਦੇ ਰਿਹਾ। ਪੱਗ ਬੰਨ੍ਹੀ ਹੋਈ ਹੈ ਗੁਲਾਬੀ ਕਲਰ ਦੀ ਔਰ ਐਨਕਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਔਰ ਪੈਂਟ ਸ਼ਰਟ ਜਿਹੜੀ ਹੈ ਉਹ ਪਾਈ ਹੋਈ ਹੈ। ਤਾਂ ਪਲੈਟਿਨਾ ਮੋਟਰਸਾਈਕਲ 'ਤੇ ਜਾਂਦਾ ਦਿਖਾਈ ਦੇ ਰਿਹਾ। ਤਾਂ ਦੱਸ ਦਈਏ ਕਿ ਜਿਸ ਤਰੀਕੇ ਦੇ ਜਿਹੜੀ ਪੁਲਿਸ ਜਿਹੜੀ ਦੱਸ ਰਹੀ ਹੈ ਸਬੂਤ ਉਸੇ ਤਰੀਕੇ ਦੇ ਹੀ ਸਾਹਮਣੇ ਆ ਰਹੇ ਨੇ ਜਿਸ ਤਰੀਕੇ ਦੀ ਕਹਾਣੀ ਜਿਹੜੀ ਹੈ ਉਹ ਦੱਸ ਕੇ ਗਏ ਸੀਗੇ ਆਈ ਜੀ ਸੁਖਚੈਨ ਗਿੱਲ ਕੁਝ ਘੰਟੇ ਪਹਿਲਾਂ ਕਿ ਅਮਰਤਪਾਲ ਸਿੰਘ ਭੇਸ ਬਦਲ ਕੇ ਪੈਂਟ ਸ਼ਰਟ ਪਾ ਕੇ ਜਿਹੜਾ ਉਹ ਭੱਜਿਆ ਮੋਟਰਸਾਈਕਲ 'ਤੇ। ਤਾਂ ਉਸੇ ਤਰੀਕੇ ਦੀਆਂ ਹੀ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਲਗਾਤਾਰ ਆ ਰਹੀਆਂ ਨੇ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਇੱਕ ਵਾਰ ਫਿਰ ਦੱਸ ਦਿੰਦੇ ਹਾਂ, ਪਲੈਟਿਨਾ ਮੋਟਰਸਾਈਕਲ 'ਤੇ ਪਿੱਛੇ ਬੈਠਾ ਇਹ ਅਮਰਤਪਾਲ ਸਿੰਘ ਜਾਂਦਾ ਦਿਖਾਈ ਦੇ ਰਿਹਾ। ਇਤਫਾਕ ਦੀ ਗੱਲ ਹੈ ਕਿ ਇਸ ਤੋਂ ਪਹਿਲਾਂ ਵਾਲਾ ਜਿਹੜਾ ਮੁਖੀ ਵਾਰਸ ਪੰਜਾਬ ਦੇ ਜਥੇਬੰਦੀ ਦਾ ਪਹਿਲਾ ਮੁਖੀ ਦੀਪ ਸਿੱਧੂ, ਉਹ ਜਦੋਂ ਝੰਡਾ ਲਹਿਰਾਉਣ ਵਾਲੀ ਜਿਹੜੀ ਗੱਲ ਲਾਲ ਕਿਲ੍ਹਾ 'ਤੇ ਹੁੰਦੀ ਹੈ, ਤਾਂ ਉਦੋਂ ਉਹ ਵੀ ਜਿਹੜਾ ਇੱਕ ਪਲੈਟਿਨਾ ਮੋਟਰਸਾਈਕਲ 'ਤੇ ਹੀ ਜਿਹੜਾ ਉਹ ਜਾਂਦਾ ਦਿਖਾਈ ਦਿੱਤਾ ਸੀ। ਅਤੇ ਹੁਣ ਵਾਰਸ ਪੰਜਾਬ ਜਥੇਬੰਦੀ ਦਾ ਜਿਹੜਾ ਦੂਜਾ ਮੁਖੀ ਹੈ ਅਮਰਤਪਾਲ ਸਿੰਘ, ਇਹ ਵੀ ਜਿਹੜਾ ਹੁਣ ਭੀੜ ਪੈਣ 'ਤੇ ਪਲੈਟਿਨਾ ਮੋਟਰਸਾਈਕਲ 'ਤੇ ਹੀ ਜਾਂਦਾ ਜਿਹੜਾ ਉਹ ਦਿਖਾਈ ਦੇ ਰਿਹਾ। ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਮਰਤਪਾਲ ਸਿੰਘ ਦੀ ਜਿਹੜੀ ਹੈ ਨਵੀਂ ਲੁੱਕ ਹੈ। ਤਾਂ ਹੁਣ ਦੇਖਦੇ ਹਾਂ ਕਿ ਅਮਰਤਪਾਲ ਸਿੰਘ ਦੌੜ ਕੇ ਜਿਹੜਾ ਕਿੱਥੇ ਗਿਆ। ਫਿਲਹਾਲ ਜਿਹੜਾ ਪੁਲਿਸ ਕਹਿੰਦੀ ਹੈ ਕਿ ਅਮਰਤਪਾਲ ਸਿੰਘ ਪੁਲਿਸ ਦੀ ਜਿਹੜੀ ਹੈ ਉਹ ਗ੍ਰਿਫਤ ਤੋਂ ਬਾਹਰ ਹੈਗਾ, ਅਤੇ ਨਵੀਂ ਲੁੱਕ ਜਿਹੜੀ ਹੁਣ ਅਮਰਤਪਾਲ ਸਿੰਘ ਦੀ ਜਿਹੜੀ ਹੈ ਉਹ ਸਾਹਮਣੇ ਆਈ ਹੈ। ਬਿਊਰੋ ਰਿਪੋਰਟ, ਰੋਜ਼ਾਨਾ ਲੋਕ ਨਾ ਟੀਵੀ।